ਅੱਜਕੱਲ੍ਹ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਚੱਲ ਰਿਹਾ ਕਿ ਹਿਮਾਚਲ ਦੇ ਲੋਕ, ਠੀਕ ਆ, ਜਿਹੜੇ ਸਾਡੇ ਵੱਲੋਂ ਟੂਰਿਸਟ ਬਣ ਕੇ ਉੱਥੇ ਜਾਂਦੇ ਆ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ, ਉਹਨਾਂ ਦੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ, ਉਹਨਾਂ ਦੇ ਮੋਟਰਸਾਈਕਲਾਂ ਦੇ ਹੋਰਨ ਤੋੜ ਦਿੱਤੇ ਜਾਂਦੇ ਆ, ਠੀਕ ਆ। ਤੇ ਇਹ ਜਿਹੜਾ ਵਰਤਾਰਾ ਜਿਹੜਾ ਹਿਮਾਚਲ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ, ਕਰ ਰਹੇ ਉੱਥੇ ਅੱਗੇ ਕਹਿੰਦੇ ਆ ਜੇ ਸਾਡੇ ਨਾਲ ਵੱਧ ਘੱਟ ਬੋਲੋਗੇ ਅਸੀਂ ਪੰਜਾਬ ਦੇ ਵਿੱਚ ਪਾਣੀ ਜਾਣਾ ਬੰਦ ਕਰ ਦਾਂਗੇ। ਭਾਈ ਜਦੋਂ ਤੁਹਾਡੇ ਉੱਤੇ ਬਾੜ ਆਉਂਦੀ ਹੈ ਨਾ, ਉਦੋਂ ਸਿੱਖ ਹੀ ਜਿਹੜੇ ਆ ਪੰਜਾਬ ਦੇ ਲੋਕ ਹੀ ਆ ਜਿਹੜੇ ਲੰਗਰ ਲੈ ਕੇ ਤੁਹਾਡੇ ਕੋਲ ਜਾਂਦੇ, ਨਾ ਕੋਈ ਸਰਕਾਰੀ ਵਰਕਰ ਆਉਂਦਾ, ਠੀਕ ਆ। ਸਾਨੂੰ ਧਮਕੀਆਂ ਨਾ ਲਾਓ, ਠੀਕ ਆ, ਸਾਡਾ ਰਾਜ ਪੜ੍ਹੋ। ਅਸੀਂ ਸਮੇਂ-ਸਮੇਂ ਦੇ ਹਕੂਮਤਾਂ ਨਾਲ ਲੜ ਕੇ ਲੋਕਾਂ ਦੇ ਭਲਾਈ ਲਈ ਕੰਮ ਕੀਤਾ, ਦੂਜੀ ਗੱਲ ਸਾਡੇ ਲੋਕਾਂ ਲਈ। ਭਾਈ ਅੱਜ ਜੇ ਉਹ ਸਾਨੂੰ ਚਿੱਤਰ ਮਾਰਦੇ, ਕਿੱਥੇ ਨਾ ਕਿੱਥੇ ਸਾਡੀ ਗਲਤੀ ਆ, ਨਾ ਅਸੀਂ ਮਹਾਰਾਜ ਦੀ ਗੱਲ ਮੰਨ ਕੇ ਸ਼ਸਤਰ ਰੱਖਿਆ, ਨਾ ਸਿੱਖੀ ਸਾਂਭੀ, ਠੀਕ ਆ। ਉਹ ਜਿਹੜੇ ਹਿਮਾਚਲ ਦੇ ਲੋਕ ਆ, ਉੱਥੇ ਦੇ ਜਿਹੜੀ ਸਰਕਾਰ ਆ, ਉਹਨਾਂ ਨੇ ਇੱਕ ਰੂਲ ਬਣਾਇਆ ਕਿ ਹਿਮਾਚਲ ਦੇ ਵਿੱਚ ਆ ਕੇ ਪ੍ਰਵਾਸੀ ਜਗ੍ਹਾ ਨਹੀਂ ਲੈ ਸਕਦੇ, ਤੇ ਸਾਡੇ ਜਣਾ ਖਣਾ ਆ ਕੇ ਜਗ੍ਹਾ ਵੀ ਲੈਂਦਾ ਵਾ ਤੇ ਵੱਡੀਆਂ-ਵੱਡੀਆਂ ਕੰਪਨੀਆਂ ਵੀ ਜਿਹੜੀ ਸ਼ੁਰੂ ਕਰਦਾ ਵਾ। ਸੋ ਭਾਈ ਹੁਣ ਵੀ ਆਪਣੀ ਹੋਂਦ ਨੂੰ ਪਛਾਣੋ, ਨਹੀਂ ਤਾਂ ਇਹ ਕੱਲ ਨੂੰ, ਅੱਜ ਤੁਹਾਡੀ ਗੱਡੀਆਂ ਦੇ ਸ਼ੀਸ਼ੇ ਭੰਨਦੇ ਆ, ਕੱਲ ਨੂੰ ਇਹ ਤੁਹਾਡੀ ਪੱਗਾਂ 'ਤੇ ਹੱਥ ਪਾਉਣਗੇ। ਬਾਕੀ ਹਿਮਾਚਲ ਵਾਲਿਆਂ ਨੂੰ ਵੀ ਇੱਕ ਮੇਰੀ ਐਡਵਾਈਸ ਵੀ ਆ ਤੇ ਬੇਨਤੀ ਵੀ ਆ, ਸਿੱਖਾਂ ਨਾਲ ਪੰਗੇ ਸਰਕਾਰਾਂ ਨੂੰ ਔਖੇ ਹੋ ਜਾਂਦੇ ਆ, ਤੁਸੀਂ ਨਾ ਲਓ। ਬਾਕੀ ਅਸੀਂ ਜ਼ਿਆਦਾ ਬੋਲਦੇ ਨਹੀਂ ਹੁੰਦੇ, ਕਰਕੇ ਵਿਖਾਉਂਦੇ ਹੁੰਦੇ ਹਾਂ, ਜੇ ਹੁਣ ਵੀ ਨਾ ਸੁਧਰੇ ਤੇ ਇਹੋ ਜਿਹਾ ਚੱਕਾ ਜਾਮ ਕਰਾਂਗੇ ਤੇ ਯਾਦ ਰੱਖੋਗੇ। ਅੱਜਕੱਲ੍ਹ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਚੱਲ ਰਿਹਾ ਕਿ ਹਿਮਾਚਲ ਦੇ ਲੋਕ, ਠੀਕ ਆ, ਜਿਹੜੇ ਸਾਡੇ ਵੱਲੋਂ ਟੂਰਿਸਟ ਬਣ ਕੇ ਉੱਥੇ ਜਾਂਦੇ ਆ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ, ਉਹਨਾਂ ਦੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ, ਉਹਨਾਂ ਦੇ ਮੋਟਰਸਾਈਕਲਾਂ ਦੇ ਹੋਰਨ ਤੋੜ ਦਿੱਤੇ ਜਾਂਦੇ ਆ, ਠੀਕ ਆ। ਤੇ ਇਹ ਜਿਹੜਾ ਵਰਤਾਰਾ ਜਿਹੜਾ ਹਿਮਾਚਲ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ, ਕਰ ਰਹੇ ਉੱਥੇ ਅੱਗੇ ਕਹਿੰਦੇ ਆ ਜੇ ਸਾਡੇ ਨਾਲ ਵੱਧ ਘੱਟ ਬੋਲੋਗੇ ਅਸੀਂ ਪੰਜਾਬ ਦੇ ਵਿੱਚ ਪਾਣੀ ਜਾਣਾ ਬੰਦ ਕਰ ਦਾਂਗੇ। ਭਾਈ ਜਦੋਂ ਤੁਹਾਡੇ ਉੱਤੇ ਬਾੜ ਆਉਂਦੀ ਹੈ ਨਾ, ਉਦੋਂ ਸਿੱਖ ਹੀ ਜਿਹੜੇ ਆ ਪੰਜਾਬ ਦੇ ਲੋਕ ਹੀ ਆ ਜਿਹੜੇ ਲੰਗਰ ਲੈ ਕੇ ਤੁਹਾਡੇ ਕੋਲ ਜਾਂਦੇ, ਨਾ ਕੋਈ ਸਰਕਾਰੀ ਵਰਕਰ ਆਉਂਦਾ, ਠੀਕ ਆ। ਸਾਨੂੰ ਧਮਕੀਆਂ ਨਾ ਲਾਓ, ਠੀਕ ਆ, ਸਾਡਾ ਰਾਜ ਪੜ੍ਹੋ। ਅਸੀਂ ਸਮੇਂ-ਸਮੇਂ ਦੇ ਹਕੂਮਤਾਂ ਨਾਲ ਲੜ ਕੇ ਲੋਕਾਂ ਦੇ ਭਲਾਈ ਲਈ ਕੰਮ ਕੀਤਾ, ਦੂਜੀ ਗੱਲ ਸਾਡੇ ਲੋਕਾਂ ਲਈ। ਭਾਈ ਅੱਜ ਜੇ ਉਹ ਸਾਨੂੰ ਚਿੱਤਰ ਮਾਰਦੇ, ਕਿੱਥੇ ਨਾ ਕਿੱਥੇ ਸਾਡੀ ਗਲਤੀ ਆ, ਨਾ ਅਸੀਂ ਮਹਾਰਾਜ ਦੀ ਗੱਲ ਮੰਨ ਕੇ ਸ਼ਸਤਰ ਰੱਖਿਆ, ਨਾ ਸਿੱਖੀ ਸਾਂਭੀ, ਠੀਕ ਆ। ਉਹ ਜਿਹੜੇ ਹਿਮਾਚਲ ਦੇ ਲੋਕ ਆ, ਉੱਥੇ ਦੇ ਜਿਹੜੀ ਸਰਕਾਰ ਆ, ਉਹਨਾਂ ਨੇ ਇੱਕ ਰੂਲ ਬਣਾਇਆ ਕਿ ਹਿਮਾਚਲ ਦੇ ਵਿੱਚ ਆ ਕੇ ਪ੍ਰਵਾਸੀ ਜਗ੍ਹਾ ਨਹੀਂ ਲੈ ਸਕਦੇ, ਤੇ ਸਾਡੇ ਜਣਾ ਖਣਾ ਆ ਕੇ ਜਗ੍ਹਾ ਵੀ ਲੈਂਦਾ ਵਾ ਤੇ ਵੱਡੀਆਂ-ਵੱਡੀਆਂ ਕੰਪਨੀਆਂ ਵੀ ਜਿਹੜੀ ਸ਼ੁਰੂ ਕਰਦਾ ਵਾ। ਸੋ ਭਾਈ ਹੁਣ ਵੀ ਆਪਣੀ ਹੋਂਦ ਨੂੰ ਪਛਾਣੋ, ਨਹੀਂ ਤਾਂ ਇਹ ਕੱਲ ਨੂੰ, ਅੱਜ ਤੁਹਾਡੀ ਗੱਡੀਆਂ ਦੇ ਸ਼ੀਸ਼ੇ ਭੰਨਦੇ ਆ, ਕੱਲ ਨੂੰ ਇਹ ਤੁਹਾਡੀ ਪੱਗਾਂ 'ਤੇ ਹੱਥ ਪਾਉਣਗੇ। ਬਾਕੀ ਹਿਮਾਚਲ ਵਾਲਿਆਂ ਨੂੰ ਵੀ ਇੱਕ ਮੇਰੀ ਐਡਵਾਈਸ ਵੀ ਆ ਤੇ ਬੇਨਤੀ ਵੀ ਆ, ਸਿੱਖਾਂ ਨਾਲ ਪੰਗੇ ਸਰਕਾਰਾਂ ਨੂੰ ਔਖੇ ਹੋ ਜਾਂਦੇ ਆ, ਤੁਸੀਂ ਨਾ ਲਓ। ਬਾਕੀ ਅਸੀਂ ਜ਼ਿਆਦਾ ਬੋਲਦੇ ਨਹੀਂ ਹੁੰਦੇ, ਕਰਕੇ ਵਿਖਾਉਂਦੇ ਹੁੰਦੇ ਹਾਂ, ਜੇ ਹੁਣ ਵੀ ਨਾ ਸੁਧਰੇ ਤੇ ਇਹੋ ਜਿਹਾ ਚੱਕਾ ਜਾਮ ਕਰਾਂਗੇ ਤੇ ਯਾਦ ਰੱਖੋਗੇ।